ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਕਰਦੇ ਹਾਂ ਵੀਡੀਓ ਦੀ ਸ਼ੁਰੂਆਤ ਫਿਰ ਅਤੇ ਆ ਗਏ ਆਪਣੇ ਧੁੱਪ ਵਾਲੀ ਮੋਟਰ 'ਤੇ ਅਤੇ ਮੇਸੀ ਆਇਆ ਸੀਗਾ ਗੇੜਾ ਮਾਰਨ ਅਤੇ ਬਾਕੀ ਦੇਖਦੇ ਹਾਂ ਆਲੂ ਵੀ ਕਿੰਨਾ ਕੁ ਸਾਈਜ਼ ਬਣਿਆ ਬੁਣਿਆ ਥੱਲੇ ਪੱਟ ਕੇ ਅਤੇ ਬਾਕੀ ਸਪਰੇਅ ਲਿਆਂਦੀ ਪਈ ਹੈ ਇਹਦੀ ਕੱਲ੍ਹ ਨੂੰ ਸ਼ਾਇਦ ਪਰਸੋਂ ਨੂੰ ਕਰੀਏ ਇੰਟਰਾਕੋਲ ਅਤੇ ਆਪਣੇ ਡੇ ਲਾਈਟ ਅਤੇ ਦਿਖਾਵਾਂਗੇ ਉਹ ਵੀ ਫਿਰ ਬਾਕੀ ਆ ਵੀਡੀਓ 'ਚ ਦੇਖ ਸਕਦੇ ਹਾਂ ਸਾਈਡ 'ਤੇ ਜਿਹੜੀ ਆਪਾਂ ਪਾਉਣੀ ਆ ਅਤੇ ਬਾਕੀ ਉਦੋਂ ਦਿਖਾਵਾਂਗੇ ਸਪਰੇਅ ਕਰਾਂਗੇ ਜਦੋਂ ਪਰਸੋਂ ਤਾਂ ਜੀ ਨੰਬਰ ਆਪਣਾ ਸਪਰੇਅ ਦਾ ਸ਼ਾਇਦ ਕੱਲ੍ਹ ਨੂੰ ਹੋ ਜੇ ਨਹੀਂ ਤਾਂ ਪਰਸੋਂ ਨੂੰ ਤਾਂ ਪੱਕਾ ਹੀ ਆ। ਆ ਗਿਆ ਬੰਦਾ, ਮੈਂ ਕਿਹਾ ਆ ਗਿਆ ਬੰਦਾ ਸਪਰੇਅ ਵਾਲਾ, ਇਹ ਕਰਦਾ ਵਾ ਗਾਂਹ ਪਿੱਛੇ ਸਪਰੇਅ ਨੰਬਰ ਭੰਨ ਦਿੰਦਾ। ਨਿੰਦੀ ਕਹਿੰਦਾ ਮੇਰਾ, ਮੈਂ ਕਿਹਾ ਤੂੰ ਭੁੱਲ ਜਾ ਕਿਹਦੇ ਚੱਲਿਆ ਤੂੰ, ਪਤਾ ਨਹੀਂ ਕੱਲ੍ਹ ਮੈਨੂੰ ਕਹਿੰਦਾ ਮੇਰਾ ਨੰਬਰ ਆ, ਮੈਂ ਕਿਹਾ ਤੂੰ ਭੁੱਲ ਜਾ ਵਿੱਚ ਦੀ ਲਾ ਗਿਆ, ਉਹ ਤੂੰ ਫਾਇਦਾ ਲੈ ਗਿਆ ਵਿੱਚ ਦੀ। ਅਤੇ ਬਾਕੀ ਹਵਾ ਚੱਲਦੀ ਆ ਵਿੱਚ, ਸੂਰਜ ਜਿਹਾ ਨਿਕਲਿਆ ਵਧੀਆ, ਵੈਸੇ ਨਿੱਕ ਹੋ ਗਿਆ ਇੰਨੇ ਕੁ ਨਾਲ ਹੀ, ਪਾਣੀ ਲਾ ਦਈਏ ਕੇਰਾ ਫੇਰ ਹੈ ਨਾ। ਹੁਣ ਇਹਨੂੰ ਕੋਈ ਬਾਹਲੀ ਆਪਾਂ ਖਿੱਚ ਧੂ ਨਹੀਂ ਕਰਨੀ, ਇਹਨੂੰ ਹਲਕੀ ਜੀ ਜਾਣੀ ਕਹਿ ਦਈਏ, ਵੀ ਹਲਕਾ ਤਾਂ ਨਹੀਂ ਕਹਿ ਸਕਦੇ ਪਰ ਕਹਿਣ ਨੂੰ ਹੁੰਦਾ ਵੀ ਪਾ ਦਈਏ ਤਾਕਤ ਵਾਲੀ ਨਾਲ। ਅਤੇ ਇੰਟਰਾਕੋਲ ਪੈਣੀ ਆਪਣੀ ਵਾਇਰ ਦੀ, ਅਤੇ ਬਾਕੀ ਬੇਲਾਂ ਦੇਖ ਸਕਦੇ ਹਾਂ ਕਿਵੇਂ ਆ, ਕੱਢ ਮਾੜਾ ਜਿਹਾ ਬਾਹਰ, ਕੋਈ ਗੱਲ ਨਹੀਂ ਪੱਟਣੇ ਹੀ ਆ ਉਹਨੂੰ, ਮੈਂ ਤਾਂ ਵੈਸੇ ਕਿਹਾ ਸੀ ਉਹਨੂੰ ਅੱਜ। ਅਤੇ 60 ਦਿਨ ਦੇ ਆਲੂ ਹੋ ਗਏ ਆਪਣੇ, 25 ਤਰੀਕ ਨੂੰ ਲਾਏ ਸੀ ਆਪਾਂ ਅਕਤੂਬਰ ਨੂੰ, ਮਾੜੇ ਕਰਨ ਲੰਘੇ ਕੀਤਾ ਹੋਇਆ ਨੰਗੇ ਤਾਂ ਬਸ ਤਰਸ ਜਿਹਾ ਕਾਹਤੋਂ ਖਾਂਦਾ ਵਾ। ਹੋਰ ਵੀ ਪੱਟ ਇੱਕ ਅੱਧੀ ਵੇਲ ਫਿਰ ਐਵਰੇਜ ਹੀ ਨਿਕਲੇ ਹੋਊਗੀ ਆਪਾਂ ਨੂੰ, ਪੱਟ ਤਾਂ ਦਾਣੇ ਤੈਨੂੰ ਪਤਾ ਲੱਗੂ ਮਾੜਾ ਜਿਹਾ, ਡਰੀ ਕਾਹਤੋਂ ਜਾਂਦਾ, ਤਰਸ ਜਿਹਾ ਕਰਦਾ ਵਾ ਵੀ ਆਲੂ ਖਰਾਬ ਹੋ ਜੂਗਾ ਨਾ। ਆਹੋ ਇਹੀ ਚੱਕਰ ਆ, ਦਾਣੇ ਪਤਾ ਲੱਗੂ ਨਾ ਕਿੰਨੇ ਕਾ, 4-5-6 ਤਾਂ ਹੈਗਾ, ਲੈ ਗਿਆ ਹੁਣ ਪੱਟ ਕੇ ਉਹਨੂੰ ਕਿਹਾ ਸੀ 5-10 ਕਿਲੋ ਲੈ ਜਾ, ਮੈਂ ਕਿਹਾ ਹੁਣ ਇਹ ਧੋਣੇ ਸੌਖੇ ਆ ਨਾ, ਮਲ ਕੇ ਛਿਲਕਾ ਜਿਹਾ ਲੈ ਜਾਣਾ ਇਹਦਾ, ਸਿੱਧਾ ਹੀ ਪੈ ਜਾਣੇ ਵਿੱਚ। ਨਹੀਂ ਹੁਣ ਕਿੰਨੇ ਗਿਣਤੇ ਤੂੰ ਮੈਨੂੰ ਗਿਣ ਕੇ ਤਾਂ ਦੱਸ ਕੇ ਨਾ, ਪੱਟ ਦਾ ਸਰਦਾਰ ਤੇਰੇ ਕੋਲੇ ਬੈਠਾ, ਨਹੀਂ ਸਰਦਾਰ ਤੇਰੇ ਕੋਲੇ ਬੈਠਾ ਤੂੰ ਫੇਰ ਘਬਰਾਈ ਜਾਂਦਾ ਵਾ, ਹੈ ਨੀਤ ਜੀ ਕਾਹਤੋਂ ਦਿਖਾਉਣਾ ਹੈ, ਮਾੜਾ ਦਿਲ ਜਿਹਾ ਕਰਦਾ ਵਾ ਘਰੇ ਲੈ ਜੀ ਗੀਜੇ ਜੇ ਪਾ ਕੇ ਕੰਮ ਆ ਜਾਣਾ ਆਪਣੇ, ਪਤਾ ਤਾਂ ਲੱਗੇ ਵੀ ਹੈਗੇ 10 ਕੁ ਗਿਣਤੀ ਕਿ ਵੱਧ ਆ ਜਾਂ ਘੱਟ ਆ, ਇਹ ਕਿੱਧਰਲਾ ਹੈ ਮੈਨੂੰ ਹੁਣ ਕੀ ਪਤਾ ਕਿੱਧਰਲਾ, ਇੱਧਰਲਾ ਹੀ ਆ, ਇਹ ਤਾਂ ਟੁੱਟ ਗਿਆ ਲਿੰਕ ਉਹਦੇ, ਮੈਂ ਤਾਂ ਲੱਗਦਾ ਝਾੜ ਝੂੜ ਤੇਰਾ ਠੀਕ ਹੀ ਹੋਣਾ, 10 ਕੁ ਨਹੀਂ ਹਾਂ 12-15 ਤਾਂ ਜਾਂ ਆਵੇ ਗਿਣਤੀ, 4 ਤੇ 4-8 ਲੈ ਫੇਰ, ਇਹ ਤਾਂ ਸਾਰਾ ਇਹ ਤਾਂ ਸਾਰਾ ਰਾਸ਼ਨ ਹੀ ਆ ਤੇਰਾ ਜਿਹੜਾ ਹੁਣ ਤੂੰ ਪੱਟਿਆ ਨਾ, ਆਹ ਇਹ ਰਾਸ਼ਨ ਵਾਲੀ ਕੁਆਲਿਟੀ ਹੋਈ ਆ, ਠੀਕ ਆ ਹਜੇ ਕੋਈ ਗੱਲ ਨੀ, ਠੀਕ ਹੈ ਜੀ ਠੀਕ, ਬਾਕੀ ਬੇਲਾਂ ਬੂਲਾਂ ਵੀ ਠੀਕ ਆ ਉਸ ਹਿਸਾਬ ਨਾਲ, ਪੂਰਾ ਸੈੱਟ ਹੈ ਜੀ ਕੋਈ ਚੱਕਰ ਨਹੀਂ ਹੈ ਇਹਦੇ ਕੀ। ਦਿਖਾ ਉਰੇ ਸਹਿਜ ਦਾਣੇ, ਇਹ ਘੱਟ ਵਾਲਾ ਆ ਗਿਆ ਨਾ ਤੇਰਾ ਇਹ, ਤੇ ਸਹਿਜ ਵੈਸੇ ਬਣ ਗਿਆ 60 ਦਿਨ ਦੇ ਹੋ ਗਏ ਆ, ਤੇ ਆਹ ਤਾਂ ਤੇਰਾ 20 ਸਹਿਜ ਨਿਕਲਿਆ, ਤਿੰਨੇ ਆਹ ਵੀ 5-4 ਦਿਨ ਲੈਣੇ ਆ ਨੇ ਇੱਥੇ ਐਡ, ਤੇ ਬਾਕੀ ਦੇਖਦੇ ਆਉਣ ਵਾਲੇ ਟਾਈਮ 'ਚ ਕੀ ਬਣਦਾ ਇਹਦਾ। ਅਤੇ ਬਾਕੀ ਬੇਲਾਂ ਵੀ ਇੱਕ ਸਾਰਾ ਪੂਰੀਆਂ ਜਿਵੇਂ ਆਪਾਂ ਕਹਿ ਲਈਏ ਨਾ ਵੀ ਫੱਟੀ ਫੇਰ ਦਈਏ, ਅਤੇ ਉੱਚਾ ਨੀਵਾਂ ਨਹੀਂ ਥਾਂ ਹੈਗਾ, ਆ ਜਾ ਕੇ ਤਾਂ ਸੀਗਾ ਉਹ ਸੀਗਾ ਲੇਟ ਨਿਕਲਿਆ, ਹੋਰ ਕੋਈ ਕਾਰਨ ਸੀਗਾ, ਇਹ ਪੱਸੀ ਜੀ ਬਣੀ ਹੋਈ ਸੀ ਪੈੜੀ ਦੀ, ਅਤੇ ਬਾਕੀ ਠੀਕ ਆ, ਬੱਦਲ ਬਾਈ ਜੀ ਆ ਉਹ ਮੀਂਹ ਵੀ ਕਹਿੰਦੇ ਆ, ਬਾਕੀ ਪਤਾ ਨਹੀਂ ਗਾ ਹੁਣ ਪਾਣੀ ਵੀ ਲਾਉਣ ਵਾਲਾ ਆਪਣਾ ਸਾਰੇ ਕਾਹੇ ਨੂੰ, ਕਣਕ ਦੇ ਵੀ ਸਪਰੇਅ ਕਰਾਉਂਦੇ ਆ ਕਿਹੜਾ, ਆ ਜਮੈਣ ਜੀ ਆ ਉਹ 'ਚ ਜਿਵੇਂ ਆ ਖੰਡੀ ਦੇ ਹੈ ਨਾ, ਜਮੈਣ ਜੀ ਜ਼ਿਆਦਾ ਆ ਕਾਫੀ ਆ ਖੰਡੀ ਦਾ, ਇਹਨਾਂ ਦੀ ਜਿਵੇਂ ਛਿੱਟਾ ਦਿੱਤਾ ਹੁੰਦਾ, ਪਿਛਲੇ ਸਾਲ ਆਪਾਂ ਸਪਰੇਅ ਹੋਈ ਨਹੀਂ ਨਾ ਆਲੂਆਂ ਦੇ ਕੱਖਾਂ ਵਾਲੀ, ਕਣਕ ਤਾਂ ਵੈਸੇ ਵੀ ਆਪਾਂ ਉਦੋਂ ਲਾਈ ਸੀ ਘੱਟ ਆਇਆ ਸੀ ਝਾੜ ਉਹਦਾ, ਮੈਂ ਤਾਂ 15-16 ਕੁਇੰਟਲ ਮਸਾਂ ਹੋਈ ਸੀ ਉਦੋਂ ਰਲਾ ਮਿਲਾ ਕੇ ਜੇ, ਉਹ ਖੇਤ ਵੀ ਨਵਾਂ ਸੀ ਆਪਣੇ ਕੋਲ ਉਦੋਂ, ਨਵਾਂ ਸੀ ਲੇਟ ਸੀ ਨਾ ਬੀਜਿਆ ਆਪਾਂ, ਅਸਲੀ ਇਹ 'ਚ ਆਲੂ ਇੱਕ ਕਰਦੇ ਆ ਲੋਡ ਕੰਮ, ਬਾਕੀ ਹੁਣ ਮੱਕੀ ਨੂੰ ਘੇਰਾ ਵਧੀਆ ਇੱਕ ਪੂਰਾ 4 ਪਾਉਂਡ ਵਾਲਾ, ਮੈਂ ਤਾਂ ਵਧਾਈਆ ਨਹੀਂ ਹੁੰਦਾ, ਲੇਬਰ ਘੱਟ ਪੈਂਦੀ ਆ, ਅਤੇ ਹਵਾ ਚੱਲਦੀ ਹੈ ਤੇਰੀ ਹੁਣ ਪੂਰੀ ਠੰਡ ਵਾਲੀ ਆ, ਆ ਮੂੰਹ ਬੰਨ ਕੇ ਰੱਖਦਾ ਕੀ ਗੱਲ, ਹਵਾ ਪੈਂਦੀ ਆ ਥੱਲੇ ਦੀ ਦਾੜੀ ਨੂੰ, ਬਣਾਉਂਦਾ ਨਹੀਂ ਹੁਣ ਇਹਨੂੰ ਰੰਗ ਰੁੰਗ ਲਾ ਕੇ, ਹਾਂ ਦੁਪੱਟੇ ਨਾਲ ਦੀ ਹੋਈ ਪਈ ਆ ਹੁਣ ਤਾਂ, ਟਾਈਮ ਇੱਕ ਤਾਂ ਸਵੇਰ ਮੁੱਕ ਠੰਡ ਹੁੰਦਾ ਹੈ, ਉਦੋਂ ਰੋਟੀ ਪਾਣੀ 10 ਵਜੇ ਤੱਕ, ਉਦੋਂ ਬਾਅਦ ਕੰਮ ਹੈ ਨਾ, ਕੱਲ੍ਹ ਪਰਸੋਂ ਸੰਤ ਆਇਆ, ਕੱਲ੍ਹ
5 किलो रेह पाया मैं 6 गट्टे ओदे च ओदोनु दो गेरी कैंबा ले आया गया डन छिप गया ठीक है भैया नहीं जे जे ओ दूजे दा काम करा लिया फिर तेरा फिर पता लगना धड़कन काम तो जिन्ना के हो तो मैं वही कहना ना बे नहीं फिर लगा ही नहीं करता है चोने ते अपन ना पंता हरे तो ओदो पंता ही नहीं हैगा पर रोटी तेरा बहुत पसंद आया भाई सारे नु कहंदा गेड़ा मारना जी केना देखांगे कोई ना जी आईए जिन्ना मर्जी कोई ना जी चलिए मेरा पानी टूट जाएगा उधर ओ नहीं टूटता पानी सेवली है पानी आ दे नक्के नुके देख ते मेसी करदा थोड़ी खिच मैं अज ग्राउंड सीगा गया होया ते मेसी आ गया सी गया हाजरी च ते लाया मैं दोबारा कीड़ा मारया सी बाहर लिखे ते भी ते इधर ले भी ते मैं दोबारा फिर मैं के आलू पट के दे दे कदा मैं देखया पट के आ दोबारा लागे फिर कर ठीक है केरा हुण प्लेट प्लूट ना सही है पेड़ तो हैगा पानी है ना चल जूगा अपना ओ थड़ी जी सी एक वो भी मैं क्या उच्ची करके ला दो नाल हुण भार के ना पानी पूनी पीण लग गया कोई आ सीगे बाद च निकले देख ला हुण एक आ सीगी डगी जी एक इत्थे सीगी हुण तां वो भी पता ही लगदा भी किथे आ वेला ओ असली ना वो निकल लगे दी प्रॉब्लम सी ओ थोड़ा जिहा सुक्का करके ना खेत अपना ते पानी जे बाला ना ते फिर भी डर सीगा पर हुण इहने रल जाणा नाल आओ तो तू दो चार दिन खाधी है ब्लड वाली दवाई जी भी कदे अड़ ना जाई नहीं नहीं स्पेशल ना दिल घटता वा अलटावा नहीं फिर जे आप तो दो सीजन लंघ चले देख के फसल खारे ना मूरे है आलू इत्थे पक्की गल पता नहीं गा वो तो कहते मेसी दी फसल वधिया इत्थे ना नहीं फसल तो सरदार जी तू मारा जरा बीन वधिया है वही तू मारा नहीं है सही है वो भी सही है हां ओही थोड़ा जा बांदरवन जा राज जेड़ा ही है राज वाला 2.5 किलो चल ओना कहता चाहिए दा भैया नहीं फिर कहता नजर नहीं कह देंदे जेड़े नजर नु बड़ा मानदे है फिर वो कहते नजर लग जांदा चलिए चलिए जी क्या लेट होना मेरा तो ठंड लाई दी है असली तू आया हुन गड्डी दे मेसी आया गड्डी दे हुन मैं रहया मोटरसाइकिल दे इनू ते इनू भी कई दिनों बाद कढ़िया हां ये पानी मेरा सेम नाल दी दी जे जाके ओदा हो गया टूट गया ज्ञानी नु फोन ला दे है नहीं गा उधर इटली चो ठीक है ठंड ठुंड हूं तो नग करी फिर पूरा इधर गोला लगा हुआ मशीन दी रिपेयर करन साफ सफाई की पहले ही बनी हुई सी पाइप जी जिहड़ी वेल्ड की साफ पूंजा पांजी करी जांदा दोनों दिखा दी एक उधर भी लगी हुई है तेल तूल पूरा है बाकी देख दे की करमा चाहे हुण क्योंकि नंबर तो दो तीन लगे हुए है इतने हम डीजल मार के धो दे पानी ना मोटर बारनेस हो जूगी पानी ना नहीं पानी का बारनेस ना सर्फ वाले धो दे हाँ मोटर नहीं तेल बड़ा जहा कटिया पाया हाथ फेरी नाल दी नाल नहीं की हुई तां चक्कर पाया चला तेन माड़ी जी करी चालू किमें चलता स्टेटर ठीक है समान धारी च नहीं लाया हुआ तेरा सारा आ कौला जहा बदलता कला कला जहा उ लाया होना वह जहाँ बेंसन का नहीं ना ओद मैं लगता है ये भी चेंज होने वाले ही है खिचदा घट आ
ਆ ਵਿੱਚੋਂ ਲੀਕ ਹੈ ਇਹਦੇ ਜ਼ੋਰ ਜਿਹਾ ਘੱਟ ਮਾਰਦਾ ਇੱਕ ਪਾਸੇ ਨੂੰ ਲਾਈਨਰ ਲੀਕ ਹੈ ਇਹਦਾ ਤਾਂ ਜ਼ੋਰ ਨਹੀਂ ਮਾਰਦਾ ਆ ਪਲਸਟਰੇਟਰ ਠੀਕ ਆ ਪਲਸਟਰੇਟਰ 'ਚ ਕੋਈ ਪ੍ਰੋਬਲਮ ਨਹੀਂ ਗੀ ਆਹਦੇ ਸੁੱਕੇ ਤਾਂ ਪਏ ਆਹਦੇ ਲਾਈਨਰ ਤੇੜਾਂ ਛੱਡੀਆਂ ਪਈਆਂ ਪ੍ਰੈਸ਼ਰ ਕਿੰਨੇ ਤੇ ਆ ਪਹਿਲਾਂ ਨਾ ਵਧਿਆ ਮਾੜਾ ਜਿਹਾ ਖਾਸ ਨਹੀਂ सिंगल ढोली है वध चढ़ना चाहिए करके लीक ये है मोबाइल मशीन इन मोबाइल मशीन वैसे कहा जाता सिंगल ढोली है आ भी चेंज होने वाला ही है लीक है आहो ए टुटा हुआ वा माड़े इन्हें तो खड़ जाती है चल कर दे बंद बस कोई ना ठीक है हाँ भाई की करता वा है इधर भी जबान लगे हुआ साफ तारा तू ना करना पटना नहीं अंदरों बाला था साफ कर खिंची जाता उन्होंने आया अल करती बस आई तो बस कर तू बाला नहीं करी जाना ले हूं नहीं चलना यह खोले मोगे जाऊगा हूं बाहरी सफाई भी चंगी नहीं हुंदी सारा ड्राई होया पिया पता हो रहा तूड़ी अग जी लाके सारा को मच जेल पूरा वा मैं तेल भी घट ला दा घट है नी शीशे नहीं गा ਵੱਡਿਆ ਗਿਆ ਫਿਰ ਲੱਗੂ 7-8 ਹਜ਼ਾਰ ਤੇ ਨਿੰਦੀ ਨੇ ਪਟ ਲਏ 16ਵੀਂ ਗੋਲੀ ਕੈਮਰਾ ਚਲਾਉਣ ਤੋਂ ਪਹਿਲਾਂ ਕਿੰਨੇ 16 ਇੱਕ ਗੋਲੀ ਬਸ ਫਿਰ ਦਾ ਤੂੰ ਦੁੱਗਣੇ ਕਰਦਾ ਵੀਰੇ ਪਹਿਲਾਂ 8 ਹੁਣ 16 ਸਹਿਜ ਵੀ ਦੇਖ ਲੈ ਹੁਣ ਫਿਰ ਢੱਕ ਦੇ ਤੂੰ ਇਹ ਸਾਰਾ ਰਾਸ਼ਨ ਹੀ ਹੈ ਜਿਹੜਾ ਤੂੰ ਹੁਣ ਪੱਟਿਆ ਕਿਉਂਕਿ ਦਿਨ ਬਹੁਤ ਪਏ ਇਹਦੇ ਹਜੇ ਚੱਲ ਕੋਈ ਗੱਲ ਨਹੀਂ ਵਧੀਆ ਗੱਲ ਆ ਗੱਲ ਰੇਟ ਦੀ ਹੈ ਨਾ ਇੱਥੇ ਚੱਲ ਰੇਟ ਕੀ ਬਣੂਗਾ ਉਹ ਦੱਸਾਂਗੇ ਰੇਟ ਜੋ ਬਣੂਗਾ ਤਾਂ ਆਪਾਂ ਤੇ ਪਾਪਾ ਜਣੂ ਠੀਕ ਹੈ ਨਾ ਹੁਣ ਤੇਰਾ ਆਪਣਾ ਜਿਵੇਂ ਆਮ ਬਾਲਾ ਰੋਲਾ ਪਾਉਂਦੇ ਆ ਵੀ ਆਏ ਨਹੀਂ ਆਏ ਆ ਆਪਣਾ ਕੰਮ ਆਲੂਆਂ ਨੂੰ ਸੇਵਾ ਕਰਨਾ ਹਜੇ ਹਾਂ ਬਸ ਆਪਣਾ ਕੰਮ ਮਿਹਨਤ ਕਰਨਾ ਜਿਹਨੂੰ ਕਹਿੰਦੇ ਆ ਤੇ ਗਾਂ ਦੇਖਾਂਗੇ ਕੀ ਹੁੰਦਾ ਹਜੇ ਤੇ ਹੁਣ ਤਸੱਲੀ ਹੋ ਗਈ ਤੇਰੀ ਕਿ ਨਹੀਂ ਹੋ ਗਈ ਨਾ ਤੇ ਨਿੰਦੀ ਨੂੰ ਯਕੀਨ ਨਹੀਂ ਸੀਗਾ ਤੇ ਕਹਿੰਦਾ ਇੰਨਾ ਸਹਿਜ ਹੋ ਨਹੀਂ ਸਕਦਾ ਹਜੇ ਤੇ ਦਿਨ ਵੀ ਅੱਜ 60 ਹੋ ਗਏ ਇਹਨੂੰ ਪੂਰੇ 24 ਤਰੀਕ ਅੱਜ अपने हां सारा कुछ चक देना ने ऐ लग रहा है थोड़े दिन बार बार 240 जानी नाल ही गल जिहा हटा दिंदी है कहने का मतलब ग्रामोफोन नहीं मारते जिवें आपां ते करदे आं वीडियो बंद फिर अज की वीडियो किदा लगी लाइक कमेंट शेयर जरूर करना चैनल सबसक्राइब नहीं किया चैनल नू सबसक्राइब तो बैल आइकन वाला बटन दबना नहीं भुलना ताकि सानू होर भी नवी नवी वीडियो मिलदी रहन ओके धन्यवाद सारे का मिलदा नवी वीडियो लेके